ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ਹਾਲ ਹੋਵੋ। ਮੈਂ ਵੀ ਬਿਲਕੁਲ ਠੀਕ ਹਾਂ। ਟਾਈਮ ਹੋ ਰਿਹਾ ਸਵੇਰ ਦਾ 7 ਵਜੇ ਦਾ। ਇੱਕ ਲੋਡ ਮੈਂ ਕੱਪੜਿਆਂ ਦਾ ਸੁੱਕਣਾ ਪਾਇਆ ਜੀ, ਫੁੱਲੀ ਜਿਹੜਾ ਮੈਂ ਰਾਤ ਲੋਡ ਕਰਿਆ ਸੀ, ਹੁਣ ਮੈਂ ਦੂਜਾ ਲੋਡ ਕਰਨ ਜਾਂਦੀ ਹਾਂ, ਉਹਦੇ ਵਿੱਚ ਕੱਪੜੇ ਦੂਜਾ ਲੋਡ ਪਾਉਣ ਜਾਂਦੀ ਹਾਂ। ਅਤੇ ਚਾਹ ਪਾਣੀ ਹਜੇ ਮੈਂ ਕੁਛ ਵੀ ਨਹੀਂ ਪੀਤਾ, ਮੈਂ ਪਹਿਲੇ ਕੱਪੜੇ ਸੁੱਕਣੇ ਪਾਏ ਮੈਂ, ਨਾਲ ਦੀ ਨਾਲ ਫਿਰ ਮੈਂ ਦੂਜੇ ਕੱਪੜੇ ਪਾਏ, ਮੈਂ ਉਹ ਪਾਉਣ ਜਾਂਦੀ, ਇੱਕ ਤਾਂ ਮੈਂ ਸੁੱਕਣੇ ਪਾ ਤੇ। ਹਜੇ ਇੰਨੇ ਕੰਮ ਮੈਂ ਰਾਤ ਕਰਕੇ, ਵੀ ਜੇ ਰਾਤ ਨਾ ਕੰਮ ਕਰਦੀ ਹੁਣ ਪਤਾ ਨਹੀਂ ਕੰਮ ਕਿੰਨੇ ਇਕੱਠੇ ਹੋ ਜਾਂਦੇ। ਨਵਾਂ ਦਿਨ ਨਵੀਂ ਸ਼ੁਰੂਆਤ ਨਵੇਂ ਕੰਮਾਂ ਨਾਲ ਹੁੰਦੀ ਹੈ, ਹੈ ਨਾ, ਹਰ ਨਵੇਂ ਦਿਨ ਦੀ ਨਵੀਂ ਸ਼ੁਰੂਆਤ ਨਵੇਂ ਕੰਮਾਂ ਨਾਲ ਹੁੰਦੀ ਹੈ। ਇਸ ਕਰਕੇ ਮੈਂ ਰਾਤ ਕੰਮ ਪੈਂਡਿੰਗ ਨਹੀਂ ਰੱਖੇ ਸੀ, ਅਤੇ ਰਾਤ ਮੈਂ ਕੰਮ ਕਰਕੇ ਪਈ ਸੀ, ਜਿਹੜੇ ਮੇਰੇ ਅੱਗੇ ਪਏ ਸੀ, ਜਿਹੜੇ ਕਰਨ ਵਾਲੇ ਸੀਗੇ, ਹੈ ਨਾ। ਹੁਣ ਦੂਜੇ ਲੋਡ ਪਾਉਣ ਜਾਂਦੇ, ਫਿਰ ਤੀਜਾ ਪਾਉਂਗੀ, ਫਿਰ ਕੱਪੜਿਆਂ ਦਾ ਕੰਮ ਫਿਨਿਸ਼ ਹੋਊਗਾ, ਉਧਰੋਂ ਕੀ ਜਾਣੀ ਹੋਊਗਾ। ਅੱਜ ਮੇਰੇ ਅੰਦਰ ਬਾਹਰ ਅੱਡੀ ਟੱਪਾ ਮੇਰਾ ਐਂ ਹੋਊਗਾ ਅੱਜ, ਤਾਂ ਕੰਮ ਬਹੁਤ ਨੇ। ਚਲੋ ਕੋਈ ਗੱਲ ਨਹੀਂ, ਕੰਮ ਕਰਨੇ ਨਾ ਆਪਾਂ ਕੰਮ, ਪਰ ਅੱਜ ਮੇਰੇ ਕੱਪੜਿਆਂ ਦਾ ਡਸਟਿੰਗ ਦਾ ਕੰਮ ਫਿਨਿਸ਼ ਹੋ ਜਾਵੇ, ਬਸ ਮੇਰਾ ਅੱਜ ਆਹੀ ਡਰ ਗਿਆ ਵੀ ਡਸਟਿੰਗ ਹੋ ਜਾਵੇ ਸਾਰੀ, ਅਤੇ ਕੱਪੜੇ ਸਾਰੇ ਧੋਤੇ ਜਾਣ, ਫਿਰ ਕੱਲ੍ਹ ਨੂੰ ਕੋਈ ਹੋਰ ਨਵਾਂ ਕੰਮ ਕਰਾਂਗੇ। ਇੱਕ ਲੋਡ ਨਾ ਕੱਪੜਿਆਂ ਦਾ ਮੈਂ ਕੱਢ ਕੇ ਸੁੱਕਣਾ ਪਾ ਚੁੱਕੀ ਸੀ, ਅਤੇ ਹੁਣ ਮੈਂ ਦੂਜਾ ਲੋਡ ਕੱਪੜਿਆਂ ਦਾ ਮਸ਼ੀਨ 'ਚ ਪਾ ਰਹੀ ਹਾਂ ਧੋਣ ਵਾਸਤੇ, ਤਾਂ ਕਿ ਧੋਤੇ ਜਾਣ। ਫੁੱਲੀ 'ਚ ਹੀ ਪਾ ਰਹੀ ਹਾਂ ਤਾਂ ਕਿ ਅੰਦਰ ਮੇਰਾ ਕੰਮ ਵੀ ਈਜ਼ੀ ਹੋ ਜਾਵੇ, ਮੈਂ ਅੰਦਰਲਾ ਕੰਮ ਕਰ ਸਕਾਂ, ਮਸ਼ੀਨ ਆਪਦੇ ਕੱਪੜੇ ਧੋ ਚੱਲੇ, ਮੈਨੂੰ ਵਾਰ ਵਾਰ ਗੇੜੇ ਨਾ ਮਾਰਨੇ ਪੈਣ। ਅਤੇ ਇੱਕ ਤਾਂ ਮੇਰੇ ਦਿਮਾਗ 'ਚ ਐਂ ਘੁੰਮ ਰਹੀ ਸੀ ਇਹ ਗੱਲ ਵੀ ਸੁੱਕਣੇ ਕਵੇਂ ਪਾਊਂਗੀ, ਸੁੱਕਣਗੇ ਕਵੇਂ ਇੰਨੇ ਕੱਪੜੇ, ਹੈ ਨਾ, ਦੋ ਤਾਰਾਂ 'ਤੇ ਆਉਣਗੇ ਪਤਾ ਨਾ ਆਉਣਗੇ, ਕਿਉਂ ਤਾਂ ਇੱਕ ਤਾਰ ਪਿੱਛੇ ਹੈਗੀ ਸਾਡੀ, ਪਰ ਉੱਧਰ ਧੁੱਪ ਘੱਟ ਆਉਂਦੀ, ਉਹ ਅਸੀਂ ਯੂਜ਼ ਨਹੀਂ ਕੀਤੀ ਕਦੇ ਵੀ ਅੱਜ ਤੱਕ, ਤੂੰ ਤਾਰ ਬੰਨੀ ਹੋਈ ਐਕਸਟਰਾ ਵੀ ਜੇ ਉਹਦੀ ਲੋੜ ਪੈ ਜਾਵੇ ਤਾਂ, ਉੱਧਰ ਸ਼ਿਪ ਦੀ ਧੁੱਪ ਆਉਂਦੀ ਬਾਅਦ ਵਿੱਚ, ਅਤੇ ਅੱਜ ਕੱਲ੍ਹ ਧੁੱਪ ਵੀ ਨਹੀਂ ਚੜ੍ਹਦੀ ਹੈਗੀ, 9:30 ਵਜੇ ਥੋੜ੍ਹੀ ਜਿਹੀ ਸੇਕ ਜਿਹਾ ਲੱਗਣ ਲੱਗਦਾ, ਧੁੱਪ ਤਾਂ ਉਹ ਇੰਨੀ ਹੁੰਦੀ ਨਹੀਂ ਗੀ, ਧੂੰਏ ਕਰਕੇ ਧੁੱਪ ਹੀ ਨਹੀਂ ਲੱਗਦੀ ਹੈਗੀ, ਸੇਕ ਜਿਹਾ ਹੋਣ ਲੱਗਦਾ, ਪਰ ਐਂ ਚੱਲ ਕੱਪੜੇ ਸੁੱਕ ਜਾਂਦੇ ਨੇਗੇ, ਨਹੀਂ ਤਾਂ ਗਰਮੀਆਂ 'ਚ 9:30 ਵਜੇ ਤਾਂ ਕੱਪੜੇ 7 ਵਜੇ ਦੇ ਪਾਏ ਸੁੱਕ ਵੀ ਜਾਂਦੇ ਹੁੰਦੇ ਨੇ। ਅੱਜ ਬਹੁਤ ਦਿਮਾਗ 'ਚ ਐਂ ਘੁੰਮ ਰਿਹਾ ਸੀ, ਕਵੇਂ ਕੱਪੜੇ ਸਾਂਭੂ, ਧੋ ਤਾਂ ਦਊਂਗੀ ਫਿਰ ਸਾਂਭੂ ਕਵੇਂ, ਪਰ ਸਭ ਕੁਛ ਹੋ ਜਾਂਦਾ ਫਿਰ, ਚਲੋ ਹਿੰਮਤ ਚਾਹੀਦੀ ਕਰਨ ਦੀ, ਕਰੀਗੀ ਨਾ। ਅੰਦਰ ਵੀ ਕੰਮ ਸੀ ਅੱਜ ਮੇਰੇ, ਸਵੇਰੇ ਅੰਦਰ ਵੀ ਮੈਂ ਸਬਜ਼ੀ ਬਣਾਉਣੀ ਸੀ, ਫਿਰ ਮੈਨੂੰ ਐਂ ਸੀ ਕੱਪੜੇ ਵੀ ਜੇ ਧੋਊਂਗੀ ਤਾਂ ਹੀ ਧੋਤੀ ਜਾਣਗੇ, ਤਾਂ ਹੀ ਹੌਲੀ ਹੌਲੀ ਸੁੱਕਣਗੇ। ਕੁਛ ਸਾਡੇ ਕੱਪੜੇ ਹੋ ਗਏ ਸੀ, ਸਾਡੇ ਵੀ ਧੋਣ ਵਾਲੇ ਹੋਏ, 2 ਦਿਨ ਹੋ ਗਏ ਧੋਤੇ ਨਹੀਂ ਸੀ, ਅਤੇ ਕੁਛ ਬੇਟੇ ਦਾ ਉਹ ਤਾਂ ਹੈਗੀ ਸੀ, ਉਹਦੀ ਧੋਤੀ ਹੋਈ ਨਾ ਧੋਤੇ ਹੋਈ ਸਾਰੀ ਮੈਂ ਧੋਣੇ ਸੀ ਇੱਕ ਵਾਰੀ, ਮੈਂ ਕਿਹਾ ਫਿਰ ਚਲੋ, ਕਿਉਂਕਿ ਹੁਣ ਘਰ ਰੱਖਣੇ ਨਾ ਕੱਪੜੇ ਗਰਮੀਆਂ ਵਾਲੇ ਬੈਡਸ਼ੀਟ ਸੀ, ਫਿਰ ਮੈਂ ਇਹ ਬਿਨਾਂ ਧੋਤੇ ਰੱਖ ਨਹੀਂ ਸਕਦੀ ਸੀ। ਦੂਜਾ ਲੋਡ ਪਾ ਤਾ ਮਸ਼ੀਨ ਵਿੱਚ, ਇਹ ਪਹਿਲਾਂ ਵਾਲੇ ਸੁੱਕਣੇ ਪਾਏ ਹੋਏ ਨੇ, ਪਹਿਲਾਂ ਲੋਡ ਪਾਇਆ ਹੋਇਆ ਸੁੱਕਣਾ, ਇਹ ਇੱਕ ਲੋਡ ਧੋਤਾ ਗਿਆ ਸੀ, ਅਤੇ ਹੁਣ ਮੈਂ ਚੱਲਦੀ ਹਾਂ ਅੰਦਰ ਕਿਚਨ 'ਚ ਬਣਾਉਂਗੀ ਸਬਜ਼ੀ। ਸਬਜ਼ੀ ਰਾਜਮਾਂਹ ਉਬਲੇ ਪਏ ਸੀਗੇ, ਰਾਜਮਾਂਹ ਮੈਂ ਸਵੇਰੇ ਜਦੋਂ ਉੱਠਦੀ ਹਾਂ ਨਾ, ਮੈਂ ਉਹਦੀ ਗੈਸ ਔਨ ਕਰ ਦਿੰਦੀ, ਕੁੱਕਰ ਵਿੱਚ ਹੀ ਮੈਂ ਭੇਜ ਦਿੰਦੀ ਹੁੰਦੀ ਹਾਂ, ਅਤੇ ਬਸ ਉਹਦੀ ਗੈਸ ਔਨ ਕਰਕੇ ਉਬਾਲਣੇ ਰੱਖ ਦਿੰਦੀ ਹੁੰਦੀ ਹਾਂ। ਇੱਕ ਵਿਸਲ ਲਵਾਉਣੀ ਹੁੰਦੀ, ਵਿਸਲ ਇੱਕ ਸਵੇਰੇ ਲਵਾਤੀ ਸੀ ਮੈਂ, ਅਤੇ ਹੁਣ ਮਸਾਲਾ ਭੁੰਨ ਰਹੀ ਹਾਂ, ਮਸਾਲਾ ਮੈਂ ਅੱਡ ਪੈਨ 'ਚ ਭੁੰਨ ਰਹੀ ਹਾਂ, ਮੈਂ ਕਿਹਾ ਫਿਰ ਮੈਂ ਉਹ ਵੀ ਕੋਈ ਰੱਜ ਕੁੱਕਰ 'ਚੋਂ ਕੱਢੂੰਗੀ ਰਾਜਮਾਂਹ, ਤਾਂ ਵੀ ਇੱਕ ਭਾਂਡਾ ਲਿਬੜਨਾ ਹੀ, ਹੈ ਨਾ। ਫਿਰ ਮੈਂ ਕਿਹਾ ਪੈਨ 'ਚ ਮਸਾਲਾ ਭੁੰਨ ਕੇ, ਅਤੇ ਇਹਦੇ ਵਿੱਚ ਇਵੈਪੋਰੇਟ ਵੀ ਜਲਦੀ ਹੋ ਜੂ, ਉਹਦਾ ਮਸਾਲਾ ਜਿਹੜਾ ਭੁੰਨ ਵੀ ਛੇਤੀ ਹੋ ਜੂ, ਫੁੱਲਾ ਪੈ ਨਾ ਵੀ ਪਾਣੀ ਇਹਦਾ ਜਲਦੀ ਖਤਮ ਹੋ ਜੂ ਮਸਾਲੇ ਦਾ, ਅਤੇ ਕੁੱਕਰ ਵਿੱਚ ਪਾ ਦੂੰ ਫਿਰ ਮੈਂ। ਇੱਦਾਂ ਕੰਮ ਅੱਜ ਮੇਰਾ ਅੰਦਰ ਵੀ ਸੀ, ਅਤੇ ਕਣਕ ਵੀ ਜਿਹੜੀ ਸੀ, ਉਹਨਾਂ ਦੀ ਰੋਟੀ ਵੀ ਜਾਣੀ ਸੀਗੀ ਟਾਈਮ 'ਤੇ, ਅਤੇ ਬੱਚਾ ਹੋਇਆ ਸੀ ਘਰੇ, ਫਿਰ ਉਹਦੇ ਲਈ ਮੈਂ ਚਾਵਲ ਬਣਾਉਣੇ ਸੀਗੇ। ਕੰਮ ਥੋੜ੍ਹਾ ਜਿਹਾ ਵੱਧ ਜਾ ਰੂਟੀਨ, ਕਦੇ ਕਦੇ ਤਾਂ ਬਹੁਤ ਹੀ ਹਲਕਾ ਹੁੰਦਾ, ਕਦੇ ਕਦੇ ਬਹੁਤ ਬਿਜ਼ੀ ਹੁੰਦਾ, ਹੈ ਨਾ, ਸਾਰਾ ਦਿਨ ਇੱਕੋ ਜਿਹਾ ਆਪਣਾ ਰੂਟੀਨ ਨਹੀਂ ਹੁੰਦਾ, ਹਰ ਦਿਨ ਹਰ ਦਿਨ ਨਵੀਂ ਸਵੇਰ ਹੁੰਦੀ ਆ, ਨਵਾਂ ਦਿਨ ਨਵੇਂ ਰੂਟੀਨ ਨਵੇਂ ਕੰਮ ਧੰਦੇ, ਹੈ ਨਾ, ਜਿਹੜਾ ਅੱਜ ਆਪਾਂ ਕਰ ਲਿਓ ਕੱਲ੍ਹ ਨੂੰ ਨਹੀਂ ਕਰਾਂਗੇ, ਕੱਲ੍ਹ ਹੋਰ ਕੰਮ ਹੋਣਗੇ, ਇਸ ਤਰ੍ਹਾਂ ਫਿਰ ਚੱਲਦਾ ਰਹਿੰਦਾ ਰੂਟੀਨ ਵਾਈਜ਼ ਕੰਮ, ਕਦੇ ਕੁਛ ਕਦੇ ਕੁਛ, ਕਈ ਵਾਰ ਸਬਜ਼ੀ ਇੱਕ ਟਾਈਮ ਬਣਦੀ ਹੈ, ਕਈ ਵਾਰ 2 ਟਾਈਮ ਬਣਦੀ ਹੈ। ਮਸਾਲਾ ਭੁੰਨਣਾ ਮੈਂ ਰੱਖਤਾ, ਮੈਂ ਦੇਖ ਰਹੀ ਸੀ ਰਾਜਮਾਂਹ ਖੋਲ੍ਹ ਕੇ ਦੇਖ ਲਾਂ ਵੀ ਉਬਲੇ ਪਏ ਨੇ ਕਿਤੇ ਕੱਚੇ ਤਾਂ ਹੋਣ, ਰਾਜਮਾਂਹ ਇੱਕ ਵਿਸਲ 'ਚ ਗਲ ਜਾਂਦੇ ਨੇ, ਇੱਕ ਵਿਸਲ 'ਚ ਬਣ ਜਾਂਦੇ ਨੇ। ਮਸਾਲਾ ਭੁੰਨਦੀ ਭੁੰਨਦੀ ਮੈਂ ਸੋਚਿਆ ਚਲੋ ਲਾਲ ਮਿਰਚ, ਦੇਗੀ ਮਿਰਚ ਖਤਮ ਹੋਈ ਪਈ ਸੀ ਕੰਟੇਨਰ ਵਿੱਚ, ਵੀ ਇਹ ਪੈਕਟ 'ਚੋਂ ਕੱਢ ਕੇ ਇਹ ਪਾ ਲਈਏ, ਵੀ ਇਹਨੇ ਮਸਾਲਾ ਭੁੰਨ ਰਿਹਾ, ਖਾਲੀ ਨਾ ਖੜਿਆ ਜਾਵੇ, ਟਾਈਮ ਨਾ ਵੇਸਟ ਕੀਤਾ ਜਾਵੇ, ਮੈਨੂੰ ਇਹਨਾਂ ਟਾਈਮ ਨਾ ਵੇਸਟ ਹੋਵੇ। ਇੱਕ ਕੰਮ ਖਾ ਲਈ, ਮੈਂ ਕੋਲੇ ਖੜੀ ਉਹਦੇ ਵਿੱਚ ਕੜਛੂ ਹੀ ਨਾ ਪਾਈ, ਵਾਰੀ ਮਾਰੀ ਚੱਲਾਂ ਵੀ ਜੇ ਹੋ ਸਕੇ ਮੈਂ ਨਾਲ ਦੇਣਾ ਕੁਛ ਹੋਰ ਕੰਮ ਕਰ ਸਕਾਂ। ਅੱਜ ਮੈਂ ਨੂਣਦਾਨੀ ਵੀ ਨਵੀਂ ਲਾਉਣੀ ਸੀ, ਉਹ ਵੀ ਸੋਚ ਰਹੀ ਸੀ ਲਾਵਾਂ, ਰੋਜ਼ ਸੋਚਦੀ ਲਾਵਾਂ ਲਾਵਾਂ ਲਾਵਾਂ, ਫਿਰ ਬਸ ਐਂ ਹੋ ਜਾਣਾ, ਚੱਲ ਕੱਲ੍ਹ ਨੂੰ ਲਾਵਾਂ ਜਾ ਕੰਮ ਸੀ, ਮੈਂ ਕਿਹਾ ਅੱਜ ਮੈਂ ਨੂਣਦਾਨੀ ਕੁਛ ਹੋ ਜਾਵੇ, ਮੈਂ ਕੱਢ ਕੇ ਰੱਖੀ ਪਈ ਆ ਵੀ ਉਹ ਵੀ ਧੋ ਕੇ ਰੱਖ ਦੂੰਗੀ ਪਹਿਲਾਂ, ਅਤੇ ਸੁੱਕ ਜੂ ਫਿਰ ਉਸ ਤੋਂ ਬਾਅਦ ਉਹ 'ਚ ਵੀ ਮਸਾਲੇ ਪਾਉਣੇ ਨੇ। ਅਤੇ ਜਿਹੜੀ ਪੁਰਾਣੀ ਨੂਣਦਾਨੀ ਹੋ ਗਈ ਉਹਦੇ ਵਿੱਚ ਮੈਂ ਉਹਨੂੰ ਵਾਸ਼ ਕਰਕੇ ਨਵੇਂ ਮਸਾਲੇ ਉਹ 'ਚ ਭਰ ਲੂੰਗੀ। ਇੱਧਰ ਦੇਗੀ ਮਿਰਚ ਮੈਂ ਕਰਤੀ ਇਹਦੇ ਵਿੱਚ ਰਿਫਿਲ, ਦੇਗੀ ਮਿਰਚ ਮੈਂ ਸਿਰਫ ਥੋੜ੍ਹੀ ਜਿਹੀ ਤਰੀ ਵਾਲੀ ਸਬਜ਼ੀ 'ਚ ਪਾਉਂਦੀ ਹੁੰਦੀ, ਤਾਂ ਤਰੀ ਦਾ ਕਲਰ ਸੋਹਣਾ ਹੋ ਜਾਵੇ, ਥੋੜ੍ਹੀ ਜਿਹੀ ਕਿਸੇ ਕਿਸੇ ਡਿਸ਼ ਵਿੱਚ
नहीं तो हर एक सब्जी च मैं देगी मिर्च नहीं यूज करती हैगी। मसाला भुन हो गया तो ये पा देंगे राजमा वाली पानी। पहले तो कोशिश होंगी कि राजमा चने वाला पानी यूज़ किया जाए ना, फिर एक्स्ट्रा लोड हो गई तो बाद भी दूजा पानी पै जूगा, फिर इन्हें कलर सोहना हो जाता सब्जी का। सेम आप चने वाला राजमा वाला पानी पाइए ब्लैक जे कलर दो तरी काढ़ी हो जाती सब्जी का फ्लेवर भी अच्छा हो जाता। तो अज देखो कपड़े मेरा पिछली तार भरी पे कपड़े हूँ मैं धो चुकी सी 9 बजे का टाइम से। आ पिछली तार जी सा बैक साइड पर बनी हुई इधर धुप नहीं आती हैगी। अज मैं पहली बार तार से कपड़े पाए ने, मैं कभी तार से इतने कपड़े नहीं पाए तो इधर दोनों तारा भरिया पे। कुछ कपड़े तो मैं ओवरलैप करके पाए से, कपड़े जगह नहीं पाने एक दूजे के उपर पाए थे। अज सारा दिन मेरा कपड़े च लंघ गया, दोनों तारा भरिया फुल, कपड़े वाला स्टैंड भी पूरा फुल है। अच्छा इन्ने ज़्यादा कपड़े से, इन्ने ज़्यादा कपड़े हूँ धोता तो ले, फिर मैं आई टेंशन सुकन के कमी है ना, उल्टा पलटा करने पैणगे फिर सुकन गए। मेरा गेड़ा बहुत रहूगा अच्छे कपड़े का, गेड़े बहुत बच्चे ने उल्टा पलटा, एक सुक गया अंदर लै गई, एक खसकाता उधर करता इधर करता पासा बदलता ऐं कर दे तुरी फिर सुके। टाइम हो रहा 9 बजे का, हूँ बिजली हो गई कपड़े धो के, इन्ने कपड़े इन्ने कपड़े। मैं 6:30 बजे लगे कपड़े दुबारा, 6:30 मशीन चो मैं क्ढन चली गई थी, फिर मैं नील वाले नील तो सुकने पाए 6:30 तो हूँ 9 बजे कपड़े अज मैं धोते गए। हूँ कपड़े धोते गए तो ये फिक्र है कि उन्होंने सामू कि है ना, तय वाले तय भी करने पैणगे, प्रेस वाले प्रेस भी करने पैणगे। चलो फिर मन में समझाई भी जिम्मे धोते गए उम्मीद सामी आएंगे और की है। बस एक अज मेरे डस्टिंग करता, फिर कल मेरे होर काम प्लैन करे हुए ने। किचन में आटा गुंदी हाँ, सब्जी बनी पी राजमा दी, बेटे चावल बना के देने ने, तो दविंदर गए ने खेत कणक बीजन, दो जने की रोटी जाऊगी खेत, 9 बज के रोटी का भी टाइम है ना, खेत क्यों कम करते हैं भुख लगी होंगी है। आटा गुन्ना चावल बनने तो ना फिर रोटी बनाऊंगी, भांडे चक दी टोकरी सुके पे ने जो उन्होंने कपड़ा मार के रख दियाँ। मेरा सिर दुखी आता अभी ना, सवेरे उठन तो पहले मैं टेंशन हो जाते कम जी, कम सवेरे ज्यादा हो गए मेरे दिमाग से बस अं घूमी जाता भी हूँ मैं उठा टाइम देखा कि हो गया भी उठा आह कम करने, मैं लेट ना हो जाए फिर मेरा सिर दुखन लग जाता। हूँ मेरा सिर दुखी आता पहले तो मैं दवाई ले ला, नहीं मेरा सारा काम बिच ही रह जाऊगा। तो हूँ ना किचन का काम खत्म हो गया, इस पर किचन मेरी साफ करने वाली पई थी, तो मैं हूँ जी नून नवी नून नानी से उन्होंने मैं धो चुकी थी, धो के सुखा ली सी धुप्पे रखती सी, सुखाने तो बाद हूँ पा रही हूँ मसाले, मसाले पा के रख दूंगी ताकि नवी है किचन च मैं रख सकाँ यूज़ कर सकाँ। बस ये मसाले पाने की ना कौल हुई पई मैं, तो पुरानी मैं धो के रखूँगी बाहरली वाली किचन च रख दूंगी, फिर धो के मसाले पा के बाहर वाली किचन च रख दूंगी। पता नहीं कि काम जन्ना क्यों बिजी होया पै, समझ नहीं आती क्यों बिजी होया पै। तेज भर दूंगी नून मिर्च, बड़ी सोहनी लग रही सी, इन्नी हैवी नून लानी है। वैसे कोई नवी नवी चीज़ लाई वो भी सोहना लगता, चंगा लगता आपने आप में चेंज या कुछ। ये थोड़ी जी कौलियाँ ये भी मैंने छोटिया लगी, पता नहीं पहला प्लास्टिक के यूज़ करते ना वो व्डिया कौलियाँ ने, वो कंपैरेटिवली जो नमक मिर्च पा रही मैंने ये भी छोटिया लगी, हाले तक कोई छोटा साइज़ नहीं मिल रहा, नून लानी का व्डा ही लिया। दो कौलियाँ मैं खाली रख लिया, मैं क्या चलो जो मैं यूज़ करा पता लग जाए की पाँना। तो नूनदानी हो गई रिफिल, तो हूँ कर दी किचन साफ। अज मैं ना नहाँ का टाइम भी नहीं लगे, मैं सवेरे चाह पीन सर मैं नहाँदी होती पहला, पर अज कपड़े ने काम इन्ना उलझा लिया मेरा नहाँ का टाइम भी नहीं लगे। फिर मैं आए से अज मैं कपड़े खत्म करा तो फिर मैं चलो नहा तो अज मैं लेट लूँगी, वही गल हो गई कपड़े अज मेरे 9 बजे खत्म हुए नहीं 6:30 बजे लगी सी। फिर भी दो लोड फुली च पा के कुछ कपड़े मैं सैमी धोते, अंदर मेरी सब्जी बन गई, फिर मैं जाके सैमी च कपड़े पा ले, मैं क्या टाइम ना वेस्ट करा भी हूँ नाले मैं सैमी मशीन चला ला, फिर वही गल छेती धोते आएंगे। फिर 9 बजे कपड़े का काम खत्म होया, पर आया भी चलो एक दिन कपड़े का काम खत्म हो गया, जे मैं अद्धे रख लाते कल धोऊंगी, कल तो ही सी अज भी कपड़े से लमकी आ, कल फिर कपड़े से लमकी आऊँगी, फिर मैं आई सी कल कुछ होर काम करा तो भी अज कपड़े एक दिन फिनिश करता। तो मैं अच्छे सोचा फिर डस्टिंग करूँगी, पर डस्टिंग मेरे तो नहीं हुई, पहले मैं ऐसे कर लूँगी वो डस्टिंग इस करके नहीं हुई क्योंकि फिर कपड़े मैं बाहर जाके उलटाती सी ना उन्होंने पासे बदलती सी, फिर कपड़े सुके ने नहीं कितने सुकने से, फिर जेड़े अगली तार तो कपड़े सुक गए वो उतार के अंदर लै गए, फिर पिछली तार वाले लिया ला, फिर अगली तार से धुप वाली साइड के तारा बनिया ने फिर उधर पाए, इस करके फिर जेड़े कपड़े उतार लेंदे सो तय करती सी, प्रेस वाले अलग कर दी नाल दी नाल ही, इस करके मेरा काम ही नहीं खत्म होया जी कपड़ों का, पूरा दिन मैनू लग गया कपड़ों से संभालन से सुकाने तय करन से प्रेस करन से।
ਹੁਣ ਮੈਂ ਕਿਹਾ ਸੋਚਿਆ ਨਾ ਕਿਚਨ ਵਾਲਾ ਟੋਵਲ ਬਹੁਤ ਬਹੁਤ ਗੰਦਾ ਹੋਇਆ ਪਿਆ ਸੀਗਾ, ਇਹ ਵੀ ਮੈਂ ਚੇਂਜ ਕਰਦਾ। ਕਿਸੇ ਕਿਸੇ ਕੰਮ ਦੀ ਨਾ ਕਈ ਵਾਰ ਇੰਨੀ ਜ਼ਿਆਦਾ ਘੋਲ ਹੋ ਜਾਂਦਾ, ਹੱਥ ਪਹੁੰਚੇ ਤਾਂ ਮੈਨੂੰ ਅਗਲਾ ਅਲਕਤ ਆਉਂਦੀ ਸੀ ਬਹੁਤ ਜ਼ਿਆਦਾ, ਤਾਂ ਚੇਂਜ ਕਰਨ ਦੀ ਘੋਲ ਹੋਈ ਪਈ ਸੀ। ਇਹ ਵੀ ਕਰ ਦਿੰਦੀ ਹਾਂ ਚੇਂਜ, ਇਹ ਵੀ ਹੁਣ ਨਾਲ ਦੀ ਨਾਲ ਗਰਮ ਪਾਣੀ 'ਚ ਪਾ ਕੇ ਨਾ ਸੁੱਕਣਾ ਹੀ ਪਾਉਂਗੀ। ਕਿਚਨ ਹੋ ਗਈ ਕਲੀਨ, ਆਰਾਮ ਜਿਹਾ ਆਉਂਦਾ ਕਿਚਨ ਸਾਫ਼ ਹੋ ਜਾਂਦੀ ਨਹੀਂ, ਪਰ ਖਾਲੀ ਹੀ ਹੋ ਜਾਂਦੀ ਆ। ਆਲੂ ਉਬਾਲ ਕੇ ਰੱਖੇ ਹੋਏ ਨੇ ਪਾਪੜੀ ਵਾਸਤੇ, ਮੈਂ ਹੁਣ ਵੀ ਉਬਾਲ ਕੇ ਰੱਖ ਦੇ ਕਿ ਠੰਡੇ ਹੋ ਜਾਣਗੇ। ਫਿਰ ਟਾਈਮ ਹੋ ਰਿਹਾ ਹੁਣ 3 ਵਜੇ ਦਾ, ਕੱਪੜੇ ਸਾਰੇ ਮੈਂ ਬਾਹਰੋਂ ਉਤਾਰ ਲਏ, ਬਾਹਰੋਂ ਕੋਈ ਕੱਪੜੇ ਨਹੀਂ, ਸਾਰੇ ਕੱਪੜੇ ਸੁੱਕ ਗਏ। ਤਿਆਰ ਤੈਅ ਕਰੇ ਪਿੰਨ ਵਾਸਤੇ ਅਲੱਗ ਅਲੱਗ ਕਰਨ ਵਾਲੇ ਨੇ, ਇਹ ਇੰਨੀ ਜ਼ਿਆਦਾ ਥੱਕ ਗਏ ਨੇ, ਮੋਢੇ ਇੰਨੇ ਦੁੱਖ ਜਾਂਦੇ ਨੇ, ਮੋਢੇ ਇੰਨੇ ਦੁੱਖ ਰਹੇ, ਕਧਾਰ ਦੋ ਕੱਪੜੇ ਪਾ ਲਓ, ਲਾ ਲਓ, ਉਲਟਾ ਲਓ, ਅੰਦਰ ਲਿਆ ਕੇ ਸੁੱਟੇ। ਫਿਰ ਤੈਅ ਕਰੇ ਪ੍ਰੈਸ ਵਾਲੇ ਬਾਹਰ ਪਏ ਨੇ ਲੋਬੀ 'ਚ ਪਏ ਨੇ, ਚੇਅਰ 'ਤੇ ਉਹ ਗਿਆ ਢੇਰ ਲੱਗਿਆ ਪਿਆ ਪ੍ਰੈਸ ਵਾਲਿਆਂ ਦਾ, ਹਜੇ ਅੱਜ ਮੇਰੀ ਡਸਟਿੰਗ ਕਰਨ ਵਾਲੀ ਪਈ, ਦੇਖੂੰਗੀ ਹੁਣ ਡਸਟਿੰਗ ਤਾਂ ਮੈਨੂੰ ਲੱਗਦਾ ਨਹੀਂ ਸ਼ਾਇਦ ਹੋਊਗੀ। ਕੋਸ਼ਿਸ਼ ਇਹ ਹੈ ਕਿ ਕੱਪੜੇ ਪ੍ਰੈਸ ਵਾਲੇ ਪ੍ਰੈਸ ਕਰਕੇ ਸਾਂਭਦਾ, ਕੱਪੜਾ ਦੇ ਕੰਮ ਖਤਮ ਹੋ ਜਾਵੇ। ਪਹਿਲਾਂ ਵੀ ਮੈਂ ਡਸਟਿੰਗ ਕਰਨ, ਪਰ ਡਸਟਿੰਗ ਹੋਈ ਨਹੀਂ। ਉਹ ਸਵੇਰੇ ਗਈ ਖੇਤ ਰੋਟੀ, ਫਿਰ ਦੁਪਹਿਰੇ ਭੇਜੀ ਖੇਤ, ਅਤੇ ਫਿਰ ਦੁਪਹਿਰੇ ਹੁਣ ਮੰਮੀ ਨੇ ਦਵਿੰਦਰ ਨੇ ਗੁਰਪ੍ਰਸ਼ਾਦ ਤਿੰਨਾਂ ਨੂੰ ਚਾਟ ਪਾਪੜੀ ਬਣਾ ਕੇ ਦਿੱਤੀ, ਮੈਂ ਆਪਦਾ ਲੰਚ ਕਰਿਆ। ਇਹ ਕੱਪੜੇ ਦੇਖਦੇ ਹਾਂ ਅਲੱਗ ਅਲੱਗ ਕਰਦੇ ਹਾਂ, ਜਿਹੜੇ ਬੇਟੇ ਦੇ ਨੇ ਉਹਦੇ ਕੱਪੜੇ 'ਚ ਰੱਖ ਕੇ ਆਉਂਦੀ ਹਾਂ, ਮੇਰੇ ਤੋਂ ਦਵਿੰਦਰ ਦੇ ਆਪਦੇ ਕੱਪੜੇ 'ਚ ਰੱਖਦੀ। ਫਿਰ ਮੈਂ ਸਿਰ ਨਾ ਅਤੇ ਸਿਰੇ ਨਾ ਕੰਧਾ ਹੋਇਆ ਪਿਆ, ਚਿਪਕੂ ਚਿਪਕੂ ਜਿਹਾ ਹੋਇਆ ਪਿਆ ਸੀ, ਸਿਰ ਨਾਤੀਆਂ ਨੇ ਆਪਦੇ ਬਾਲ ਕੰਘੀ ਵੀ ਨਹੀਂ ਮਾਰੀ ਹਲੇ, ਬਹੁਤ ਜ਼ਿਆਦਾ ਥੱਕ ਗਈ ਹੈ ਤਾਂ ਥਕਾਵਟ ਬਹੁਤ ਬਹੁਤ ਥਕਾਵਟ ਹੋਈ ਪਈ। ਹੁਣ ਮੈਂ ਕੱਪੜੇ ਪ੍ਰੈਸ ਕਰ ਲਿਆ, ਕੱਪੜੇ ਸੰਭਾਲਦਾ ਪਹਿਲਾਂ, ਫਿਰ ਮੈਂ ਕੱਪੜੇ ਪ੍ਰੈਸ ਕਰਦੀ ਹਾਂ, ਕੱਪੜਿਆਂ ਦਾ ਕੰਮ ਮੈਂ ਅੱਜ ਖਤਮ ਕਰ ਦੂੰਗੀ। ਰੋਜ਼ ਰੋਜ਼ ਮੈਥੋਂ ਕੱਪੜੇ 'ਤੇ ਲੰਘ ਕੇ ਆਉਂਦਾ, ਫਿਰ ਡੇਲੀ ਰੂਟੀਨ ਵਾਲੇ ਹੋਇਆ ਕਰਨਗੇ, ਤਾਂ ਇੱਕ ਦਿਨ ਅੱਜ ਰਸ਼ ਸੀਗਾ, ਲੰਘ ਗਿਆ ਰਸ਼ ਕੱਪੜਿਆਂ ਦਾ। ਕੱਪੜੇ ਨਾ ਮੈਂ ਇੱਕ ਵਾਰ ਤੈਅ ਕਰ ਰੱਖੀ ਗਈ ਇੱਥੇ, ਮੈਂ ਕਿਹਾ ਹੁਣ ਮੈਂ ਅਲੱਗ ਅਲੱਗ ਕਰਦੀ ਸੀ ਕੱਪੜੇ, ਪ੍ਰੈਸ ਵਾਲੇ ਤਾਂ ਮੇਰੇ ਅਲੱਗ ਹੀ ਪਏ ਨੇ, ਉਹਦੇ ਬਾਅਦ ਹੀ ਪਏ ਨੇ, ਅਤੇ ਤੈਅ ਕਰਕੇ ਰੱਖੇ ਪਏ ਸੀ। ਦਵਿੰਦਰ ਦੇ ਅਲੱਗ ਕਰਦੇ, ਮੈਂ ਆਪਦੇ ਅਲੱਗ ਕਰਦੀ ਹਾਂ, ਬੇਟੇ ਦੇ ਅਲੱਗ ਕਰਦੀ ਹਾਂ, ਉਹ ਅਲੱਗ ਅਲੱਗ ਕਰਦੀ ਸੀ ਕੱਪੜੇ, ਤੈਅ ਕਰਕੇ ਪਹਿਲਾਂ ਮੈਂ ਇੱਕ ਜਗ੍ਹਾ ਹੀ ਰੱਖੀ ਗਈ ਬਸ ਇਕੱਠੀ। ਕੱਪੜੇ 'ਤੇ ਨਾ ਬੁਰਾ ਆਇਆ ਪਿਆ ਨਾ, ਪਤਾ ਨਹੀਂ ਕਿਉਂ ਬਹੁਤ ਬੁਰਾ ਆਇਆ ਪਿਆ ਕੱਪੜੇ 'ਤੇ, ਕਮੇ ਲਾਂਡਰੀ ਵਾਲਾ ਕਮੇ ਧੋਂਦਾ ਉਹਨਾਂ ਦੇ ਕੱਪੜੇ। ਆਹ ਵੀ ਦੇਖੋ ਦਵਿੰਦਰ ਦਾ ਪਜਾਮਾ ਸੇਮ ਉਹੀ ਕੰਬਲ ਪਜਾਮਾ ਉਹ, ਆਹ ਬਿਲਕੁਲ ਨਹੀਂ ਦੇਖੋ ਬੁਰਾ, ਇੰਨਾ ਮੁਲਾਇਮ ਕੱਪੜਾ ਪਿਆ, ਔਰ ਆਹ ਖੁਰਦਲਾ ਖੁਰਦਲਾ ਪਿਆ ਅਤੇ ਰੰਗ ਵੀ ਫਿੱਟਿਆ ਪਿਆ, ਪਤਾ ਨਹੀਂ ਕਮੇ ਕੱਪੜੇ ਨਵੇਂ ਪਜਾਮੇ ਲਿੱਤੇ ਸੀ, ਕਮੇ ਧੋਂਦੇ ਨੇ ਕੱਪੜੇ, ਕਾਹਦੇ ਨਾਲ ਧੋਂਦੇ ਨੇ, ਪਤਾ ਡਰਾਇਰ 'ਚ ਪਾਉਣ ਦੇ ਹੀਟ ਜ਼ਿਆਦਾ ਹੁੰਦੀ ਹੈ, ਡਰਾਇਰ ਵੀ ਸੁਕਾਉਣ ਵਾਸਤੇ ਉਹਦਾ ਰੰਗ ਫਿੱਟਿਆ, ਲੂਣ ਵੀ ਆਇਆ ਪਿਆ, ਬਹੁਤ ਹੀ ਬੁਰਾ ਆਇਆ ਪਿਆ ਕੱਪੜੇ 'ਤੇ, ਲੱਗਦਾ ਹੀ ਨਹੀਂ ਨਵੇਂ ਪਜਾਮੇ ਸੀਗੇ। ਦੁਪਹਿਰੇ 12:30-12 ਵਜੇ ਮੈਨੂੰ ਤਾਂ ਐਂ ਹੋ ਗਿਆ ਵੀ ਮੈਂ ਚੱਕਰ ਆ ਕੇ ਮੈਂ ਡਿੱਗੂੰਗੀ, ਕਿਉਂਕਿ ਨਾ ਸਵੇਰ ਦੀ ਪੂਰੀ ਸਪੀਡ 'ਤੇ ਭੱਜੀ ਫਿਰਦੀ ਸੀ ਕੰਮ ਕਰਦੀ, ਕੱਪੜੇ ਨੇ ਮੈਨੂੰ ਬੈਠਣ ਨਹੀਂ ਦਿੱਤਾ ਅੱਜ। ਫਿਰ ਮੈਂ ਦੁਪਹਿਰੇ ਰੋਟੀ ਖਾ ਕੇ ਥੋੜ੍ਹਾ ਜਿਹਾ ਰੈਸਟ ਕੀਤਾ, ਫਿਰ ਮੈਨੂੰ ਥੋੜ੍ਹਾ ਜਿਹਾ ਠੀਕ ਲੱਗਿਆ, ਫਰੂਟ ਖਾਧਾ, ਖਾਣਾ ਖਾਧਾ, ਫਿਰ ਮੈਂ ਰੈਸਟ ਕੀਤਾ ਅੱਧਾ ਕੁ ਘੰਟਾ। ਨੀਂਦ ਤਾਂ ਮੈਨੂੰ ਆਈ ਨਹੀਂ, ਕਿਉਂਕਿ ਟੈਨਸ਼ਨ ਸੀ ਕੱਪੜੇ ਪ੍ਰੈਸ ਕਰਨੇ ਨੇ, ਪਰ ਹੁਣ ਲੇਟ ਗਈ ਸੀ, ਉਹਦੇ ਨਾਲ ਹੀ ਕੁਝ ਫਰਕ ਪੈ ਗਿਆ। ਅਤੇ ਹੁਣ ਨਾ ਮੈਂ ਕੱਪੜੇ ਪ੍ਰੈਸ ਕਰਕੇ ਲੈ ਕੇ ਆਈ ਹਾਂ ਸਾਰੇ, ਸ਼ਾਮ ਦਾ ਟਾਈਮ ਆ, 3:30-3:30 ਵਜੇ ਦਾ ਟਾਈਮ ਹੋਊਗਾ ਮੇਰੇ ਲੱਗਦਾ, 3 ਕਦੇ ਹੋਊਗਾ ਸ਼ਾਇਦ। ਅਤੇ ਇਹ ਸਾਰੇ ਕੱਪੜੇ ਪ੍ਰੈਸ ਕਰਕੇ ਲੈ ਕੇ ਆਈ, ਮੈਂ ਕਿਹਾ ਹੁਣ ਕੱਪੜਿਆਂ ਦਾ ਕੰਮ ਮੈਂ ਅੱਜ ਹੀ ਫਿਨਿਸ਼ ਕਰ ਲਾ, ਬਸ ਕੁਛ ਹੀ ਹੋ ਜਾਊ, ਹੁਣ ਡਸਟਿੰਗ ਤਾਂ ਮੇਰੇ ਤੋਂ ਹੋਈ ਨਹੀਂ, ਐਟਲੀਸਟ ਕੱਪੜੇ ਤਾਂ ਪ੍ਰੈਸ ਕਰ ਲਾਏ ਤਾਂ ਕੱਲ੍ਹ ਤੱਕ ਪਏ ਰਹਿਣਗੇ, ਨਾਲ ਮੈਨੂੰ ਦਿਮਾਗ 'ਤੇ ਮੇਰੇ ਟੈਨਸ਼ਨ ਰਹੂ ਵੀ ਇਹ ਕੰਮ ਮੇਰਾ ਪਿਆ, ਨਾਲ ਡਸਟਿੰਗ ਕਰ ਲਉ, ਫਿਰ ਹੋਰ ਹੋ ਜਾਊ, ਕਿ ਨਵੇਂ ਦਿਨ ਨਵੇਂ ਕੰਮ ਲੈ ਕੇ ਆਉਂਦਾ ਹੈ ਨਾ, ਉਦੋਂ ਆਪਾਂ ਉਹ ਕੰਮ ਕਰਨੇ ਹੁੰਦੇ ਨੇ, ਜੇ ਪਿਛਲੇ ਕੰਮ ਪੈਂਡਿੰਗ ਰੱਖ ਲਾਂਗੇ ਫਿਰ ਆਪਦੇ ਆਪ 'ਤੇ ਉਹ ਬਰਡਨ ਆ। ਇਸ ਲਈ ਪ੍ਰੈਸ ਵਾਲਾ ਕੰਮ ਵੀ ਮੈਂ ਅੱਜ ਹੀ ਖਤਮ ਕਰਤਾ, ਸਾਰੇ ਕੱਪੜੇ ਹੋ ਗਏ ਪ੍ਰੈਸ, ਅਲੱਗ ਅਲੱਗ ਕਰਕੇ ਹੁਣ ਬੇਟੇ ਦੇ ਰੂਮ 'ਚ ਰੱਖਿਆ ਹੋਊਗਾ, ਦਵਿੰਦਰ ਦੀ ਕਬਰ 'ਚ, ਆਪਦੀ ਕਬਰ 'ਚ। ਅਤੇ ਕੱਪੜਿਆਂ ਦਾ ਕੰਮ ਮੇਰਾ ਹੁਣ ਹੋ ਗਿਆ ਸੀ ਫਿਨਿਸ਼, ਮੈਂ ਸੋਚਿਆ ਹੁਣ ਮੈਂ ਕਰਾਂ ਕੀ, ਕਿਉਂਕਿ ਸਬਜ਼ੀ ਮੇਰੇ ਕੋਲ ਪਈ ਸੀ ਰਾਜਮਾਂਹ ਦੀ ਸਵੇਰ ਵਾਲੀ, ਫਿਰ ਮੈਂ ਸੋਚਿਆ ਚਲੋ ਵੀ ਡਸਟਿੰਗ ਤਾਂ ਹੁਣ ਮੈਥੋਂ ਹੁੰਦੀ ਨਹੀਂ, ਨਾ ਮੇਰਾ ਦਿਲ ਸੀ ਕਰਨ ਨੂੰ, ਔਰ ਮੈਂ ਥੱਕੀ ਵੀ ਬਹੁਤ ਜ਼ਿਆਦਾ ਪਈ ਸੀ, ਮੋਢੇ ਇੰਨੇ ਜ਼ਿਆਦਾ ਦੁੱਖ ਰਹੇ ਸੀ, ਬਾਹਾਂ ਇੰਨੀਆਂ ਜ਼ਿਆਦਾ ਦੁੱਖ ਰਹੀਆਂ ਸੀ, ਕਿਉਂਕਿ ਸਵੇਰ 'ਤੇ ਕੱਪੜੇ ਉਲਟਾ ਪੁਲਟਾ ਕਰੀ ਜਾ ਰਹੀ ਸਤਾਰ 'ਤੇ, ਹੈ ਨਾ, ਡਸਟਿੰਗ ਕਰਨ ਨੂੰ ਮੇਰਾ ਦਿਲ ਨਹੀਂ ਕਰਿਆ। ਅਤੇ ਮੈਂ ਸੋਚਿਆ ਚਲੋ ਬਾਲਟੀ ਧੋ ਲਾਂਗੀ ਬੇਟੇ ਵਾਲੀ, ਅਤੇ ਬਾਹਰ ਪਾਣੀ ਵਾਲਾ ਕੰਮ ਅੱਜ ਮੈਂ ਖਤਮ ਕਰ ਦਿੰਦੀ, ਸੁੱਕਾ ਕੰਮ ਡਸਟਿੰਗ ਵਾਲਾ ਮੈਂ ਕੱਲ੍ਹ ਨੂੰ ਕਰ ਲੂੰਗੀ। ਅਤੇ ਬਾਲਟੀ ਲਿਆਈ ਉਹਦੀ ਬਾਹਰ, ਅਤੇ ਬਾਲਟੀ ਧੋ ਰਹੀ ਸੀ, ਇੰਨੀ ਜ਼ਿਆਦਾ ਗੰਦੀ ਸੀ, ਬਹੁਤ ਜ਼ਿਆਦਾ ਗੰਦੀ ਪਈ ਸੀ, ਅੱਛੀ ਤਰ੍ਹਾਂ ਮੈਂ ਸਕ੍ਰਬਰ ਨਾਲ ਸਰਫ ਲਗਾ ਕੇ 2 ਵਾਰ ਸਾਫ਼ ਕੀਤੀ, ਫਿਰ ਕਿਤੇ ਆ ਕੇ ਨਿਕਲੀ, ਬਾਲਟੀ ਮੱਗ ਸੋਪ ਕੇ ਸਾਰਾ ਕੁਛ ਮੈਂ ਕਰੂੰਗੀ ਵਾਸ਼, ਅਤੇ ਫਿਰ 2 ਪੇਅਰ ਉਹਦੇ ਮੈਂ ਸ਼ੂ ਦੇ ਧੋਤੇ, ਫਿਰ ਮੈਂ ਕਿਹਾ ਚੱਲ ਸ਼ੂ ਵੀ ਨਾ ਧੋ ਤਾਂ ਹੁਣ ਇਹ ਵੀ ਗਿੱਲਾ ਜਿਹਾ ਕੰਮ ਬਹਿ ਕੇ ਕੁਝ ਆਰਾਮ ਨਾਲ ਕਰ ਲੂੰਗੀ, ਅਤੇ ਸ਼ੂ ਵੀ ਧੋਤੇ ਬਾਲਟੀ ਵੀ ਧੋਤੀ, ਇਹ ਕੰਮ ਅੱਜ ਮੈਂ ਕੀਤਾ। ਫਿਰ ਮੈਂ ਕਿਹਾ ਡਸਟਿੰਗ ਚੱਲ ਹੁਣ ਕੱਲ੍ਹ ਨੂੰ ਕਰੂੰਗੀ, ਫਿਰ ਇਹ ਕੰਮ ਵਿੱਚ ਛੱਡ ਦੂੰ ਕੱਲ੍ਹ ਨੂੰ, ਫਿਰ ਇੱਕ ਨਾ ਇੱਕ ਕੰਮ ਫਿਰ ਰਹਿ ਜਾਣਾ, ਕਿਉਂਕਿ ਹੁਣ ਸ਼ਾਮ ਨੂੰ ਮੈਂ ਫ੍ਰੀ ਸੀਗੀ,
ਥੱਕੀ ਪਈ ਸੀ ਪਰ ਫਿਰ ਵੀ ਨਾ ਅਸੀਂ ਆਰਾਮ ਕਰ ਲਓ, ਦਿਲ ਨਹੀਂ ਕਰਦਾ ਹੁੰਦਾ, ਅਸੀਂ ਲੱਗਦਾ ਜੇ ਕੰਮ ਪਏ ਨੇ ਤਾਂ ਕੰਮ ਕਰ ਲਈਏ, ਜੇ ਕੰਮ ਨਹੀਂ ਹੈਗਾ ਹਾਂ ਚਲੋ ਫਿਰ ਤੁਸੀਂ ਆਪਦਾ ਰੈਸਟ ਕਰ ਲਓ, ਲੇਟ ਲਓ, ਹੈ ਨਾ, ਆਪਦਾ ਫੋਨ ਦੇਖ ਲਓ, ਪਰ ਜਦੋਂ ਕੰਮ ਪਏ ਹੁੰਦੇ ਨੇ ਨਾ ਫਿਰ ਬੈਠ ਨਹੀਂ ਹੁੰਦਾ ਹੈਗਾ, ਜਦੋਂ ਪਤਾ ਵੀ ਆਪ ਨਹੀਂ ਕਰਨੇ ਨੇ, ਅੱਜ ਵੀ ਆਪਣੇ ਕਰਨੇ ਨੇ, ਕੱਲ੍ਹ ਨੂੰ ਵੀ ਆਪਣੇ ਕਰਨੇ ਨੇ, ਫਿਰ ਕੱਲ੍ਹ ਵਾਲਾ ਕਿਉਂ ਨਾ ਅੱਜ ਹੀ ਕੀਤਾ ਜਾਵੇ, ਹੈ ਨਾ, ਅਤੇ ਕੱਲ੍ਹ ਨੂੰ ਆਪਾਂ ਤਾਂ ਕਿ ਕੋਈ ਹੋਰ ਕੰਮ ਕਰ ਸਕੀਏ। ਐਂ ਹੋ ਜਾਂਦਾ ਮੈਨੂੰ ਵੀ ਕੱਲ੍ਹ 'ਤੇ ਕੰਮ ਨਾ ਪੈਂਡਿੰਗ ਛੱਡੀਏ। ਬਾਲਟੀ ਸੋਪ ਵਗੈਰਾ ਸਾਰਾ ਕੁਛ ਮੈਂ ਧੋਤਾ, ਸਾਫ਼ ਸਾਫ਼ ਹੀ ਹੋ ਗਈ, ਘਰੇ ਤਾਂ ਆਪਾਂ ਸਾਫ਼ ਕਰ ਲੈਂਦੇ, ਬੱਚਿਆਂ ਤੋਂ ਕਿੱਥੇ ਸਾਫ਼ ਹੁੰਦੀਆਂ ਨੇ ਚੀਜ਼ਾਂ, ਉਵੇਂ ਅੱਛੀ ਤਰ੍ਹਾਂ ਉਹ ਚਾਹੇ ਕਹਿੰਦਾ ਮੰਮਾ ਮੈਂ ਸਕ੍ਰਬਰ ਮਾਰ ਲੈਣਾ ਉਹਨਾਂ, ਪਰ ਉਨਾ ਅੱਛੀ ਤਰ੍ਹਾਂ ਨਹੀਂ ਹੁੰਦਾ ਹੈਗਾ। ਬਾਲਟੀ ਧੋਤੀ, ਹੁਣ ਲੈ ਲੈ ਕੇ ਆਉਂਗੀ ਚੱਕ ਕੇ ਸ਼ੂਜ਼, ਇਹਦੇ ਸ਼ੂਜ਼ ਧੋ ਦੂੰਗੀ, ਫਿਰ ਸ਼ੂਜ਼ ਦਾ ਵੀ ਮੈਨੂੰ ਆਏ ਸੀ ਸ਼ੂਜ਼ ਦਾ ਕੰਮ ਵੀ ਖਤਮ ਕਰ ਹੀ ਦੇਵਾਂ, ਵੀ ਹੁਣ ਨੀਚੇ ਬੈਠੀ ਹੈਗੀ ਪਾਣੀ ਵਾਲਾ ਗਿੱਲਾ ਜਿਹਾ ਕੰਮ ਸਾਰਾ ਮੈਂ ਖਤਮ ਕਰਦਾ, ਮੈਨੂੰ ਆਏ ਹੋਏ ਪੈਸੇ, ਮੇਰੇ ਕੰਮ ਘਟੀ ਜਾਣ ਕਿਉਂਕਿ ਮੇਰੇ ਕੰਮ ਬਹੁਤ ਬਹੁਤ ਪੈਂਡਿੰਗ ਪਏ ਨੇ ਅਜੇ, ਅਤੇ ਅੱਜ ਤਾਂ ਮੇਰਾ ਸਾਰਾ ਦਿਨ ਕੱਪੜਿਆਂ ਚਲਾਂਗਾ, ਸਾਰਾ ਦਿਨ ਕੱਪੜਿਆਂ ਨੇ ਉਲਝਾ ਹੀ ਰੱਖਿਆ ਮੈਨੂੰ, ਪਰ ਚਲੋ ਐਂ ਹੋ ਗਿਆ ਵੀ ਕੱਪੜਿਆਂ ਦਾ ਬਹੁਤ ਬਹੁਤ ਵੱਡਾ ਕੰਮ ਸੀਗਾ ਅੱਜ ਵਾਲੇ, ਇੱਕ ਹੱਥ ਖਤਮ ਹੋ ਗਿਆ, ਹੁਣ ਡੇਲੀ ਰੂਟੀਨ ਵਾਲੇ ਕੱਪੜੇ ਹੋਇਆ ਕਰਨਗੇ, ਅਤੇ ਹੁਣ ਜਿਵੇਂ ਇਹੋ ਜਿਹਾ ਮੌਸਮ ਚੱਲ ਰਿਹਾ ਤਾਂ ਹਲਕਾ ਜਿਵੇਂ ਨਾ ਕੁਝ ਸੈਕਿੰਡਸ ਲਈ ਡਰਾਇਰ 'ਚ ਸ਼ੂਜ਼ ਸੁਕਾ ਲਏ ਹੁੰਦੇ, ਜੇ ਧੁੱਪਾ ਧੁੱਪੇ ਰੱਖ ਲਏ ਹੁੰਦੇ, ਪਰ ਹੁਣ ਧੁੱਪ ਤਾਂ ਨਿਕਲਦੀ ਨਹੀਂ ਡਰਾਇਰ 'ਚ ਸੁਕਾਉਂਗੀ, ਅਤੇ ਸੋ ਇਹ ਸੀ ਜੀ ਮੇਰੀ ਅੱਜ ਦੀ ਵੀਡੀਓ, ਵੀਡੀਓ ਦੇਖਣ ਲਈ ਬਹੁਤ 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 ਥੈਂਕ ਯੂ, ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਮਿਲਾਂਗੀ ਇੱਕ ਹੋਰ ਨਵੀਂ ਵੀਡੀਓ ਲੈ ਕੇ, ਸਤਿ ਸ਼੍ਰੀ ਅਕਾਲ।